ਸ਼੍ਰੀ ਅਕਾਲ ਜੀ। ਨਿਊਜ਼ ਲਾਈਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪਿਛਲੇ ਕਈ ਦਿਨਾਂ ਤੋਂ ਆਮ ਆਦਮੀ ਪਾਰਟੀ ਵਿੱਚ ਲਗਾਤਾਰ ਕਈ ਤਕਰਾਰਾਂ ਚੱਲ ਰਹੀਆਂ ਸਨ, ਜਿਸ ਕਰਕੇ ਅਰਵਿੰਦ ਕੇਜਰੀਵਾਲ ਨੇ ਸੁਖਪਾਲ ਖਹਿਰਾ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਸੀ। ਉਸ ਤੋਂ ਬਾਅਦ ਸੁਖਪਾਲ ਖਹਿਰਾ ਨੇ ਬਠਿੰਡਾ ਵਿੱਚ ਆਪਣੇ ਕਈ ਸਾਥੀਆਂ ਸਮੇਤ ਬਠਿੰਡਾ ਵਿੱਚ ਕਨਵੈਨਸ਼ਨ ਰੈਲੀ ਰੱਖੀ ਸੀ, ਜਿਸ ਰੈਲੀ ਵਿੱਚ ਕਈ ਤਰ੍ਹਾਂ ਦੇ ਮਤੇ ਪਾਸ ਕੀਤੇ ਗਏ। ਇਸ ਰੈਲੀ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੋ ਫਾੜ ਹੋ ਚੁੱਕੀ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਭਗਵੰਤ ਮਾਨ ਨੂੰ ਅਜੇ ਵੀ ਪਤਾ ਨਹੀਂ ਲੱਗ ਰਿਹਾ ਹੈ ਕਿ ਉਹ ਕਿਹੜੇ ਪਾਸੇ ਹੋਣ। ਇਸ ਤੋਂ ਬਾਅਦ ਭਗਵੰਤ ਮਾਨ ਨੇ ਫੇਸਬੁੱਕ ਤੇ ਪੋਸਟ ਪਾ ਕੇ ਆਪਣੇ ਆਪ ਨੂੰ ਗਦਾਰ ਦੱਸਿਆ। ਭਗਵੰਤ ਮਾਨ ਨੇ ਆਪਣੀ ਪੋਸਟ ਵਿੱਚ ਲਿਖਿਆ, ਮੈਂ ਪੰਜਾਬ ਦਾ ਗਦਾਰ ਹਾਂ ਕਿਉਂਕਿ ਮੈਂ ਪਾਰਲੀਮੈਂਟ ਵਿੱਚ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਹਾਂ। ਮੈਂ ਪੰਜਾਬ ਦਾ ਗਦਾਰ ਹਾਂ ਕਿਉਂਕਿ ਮੈਂ ਵਿਦੇਸ਼ੀ ਰੁਲਦੇ ਧੀਆਂ ਪੁੱਤਾਂ ਨੂੰ ਵਤਨ ਵਾਪਸ ਲੈ ਆਉਣਾ ਹਾਂ। ਮੈਂ ਪੰਜਾਬ ਦਾ ਗਦਾਰ ਹਾਂ ਕਿਉਂਕਿ ਮੈਂ ਲੋਕਾਂ ਦੇ ਪੈਸੇ ਦਾ ਸਾਰਾ ਹਿਸਾਬ ਕਿਤਾਬ ਦਿੰਦਾ ਹਾਂ। ਮੈਂ ਪੰਜਾਬ ਦਾ ਗਦਾਰ ਹਾਂ ਕਿਉਂਕਿ ਮੈਂ ਪੰਜਾਬ ਲਈ ਸਾਰਾ ਕਾਰੋਬਾਰ ਛੱਡ ਬੈਠਾ ਹਾਂ। ਮੈਂ ਪੰਜਾਬ ਦਾ ਗਦਾਰ ਹਾਂ ਕਿਉਂਕਿ ਮੈਂ ਵਿਦੇਸ਼ਾਂ 'ਚੋਂ ਧੀਆਂ ਪੁੱਤਾਂ ਦੀਆਂ ਲਾਸ਼ਾਂ ਮੰਗਵਾ ਦਿੰਦਾ ਹਾਂ। ਮੈਂ ਪੰਜਾਬ ਦਾ ਗਦਾਰ ਹਾਂ ਕਿਉਂਕਿ ਮੈਂ ਕੈਂਸਰ ਦੇ ਮਰੀਜ਼ਾਂ ਦਾ ਫ੍ਰੀ ਇਲਾਜ ਕਰਵਾ ਦਿੰਦਾ ਹਾਂ। ਮੈਂ ਪੰਜਾਬ ਦਾ ਗਦਾਰ ਹਾਂ ਕਿਉਂਕਿ ਮੇਰੇ ਤੇ ਕੋਈ ਬਲਾਤਕਾਰ ਦਾ ਕੇਸ ਨਹੀਂ ਚੱਲਦਾ। ਮੈਂ ਪੰਜਾਬ ਦਾ ਗਦਾਰ ਹਾਂ ਕਿਉਂਕਿ ਮੈਂ ਲੋਕਾਂ ਨੂੰ ਲੀਡਰਾਂ ਦੇ ਮੂਹਰੇ ਜ਼ਰੂਰਤ ਨਾਲ ਬੋਲਣਾ ਸਿਖਾਇਆ। ਮੈਂ ਪੰਜਾਬ ਦਾ ਗਦਾਰ ਹਾਂ ਕਿਉਂਕਿ ਮੈਂ ਦਿਨ ਰਾਤ ਮਿਹਨਤ ਕਰਕੇ ਲੁਟੇਰਿਆਂ ਨੂੰ ਵੋਟਾਂ ਵਿੱਚ ਹਰਾਇਆ। ਜੀ ਹਾਂ, ਮੈਂ ਪੰਜਾਬ ਦਾ ਗਦਾਰ ਹਾਂ ਕਿਉਂਕਿ ਮੈਂ ਰੇਤੇ ਦੀ ਖੱਡ ਵਿੱਚ ਹਿੱਸਾ ਨਹੀਂ ਪਾ ਸਕਿਆ। ਮੈਂ ਪੰਜਾਬ ਦਾ ਗਦਾਰ ਹਾਂ ਕਿਉਂਕਿ ਮੈਂ ਸਵਿਸ ਬੈਂਕ ਵਿੱਚ ਖਾਤਾ ਨਹੀਂ ਖੁਲਵਾ ਸਕਿਆ। ਮੈਂ ਪੰਜਾਬ ਦਾ ਗਦਾਰ ਹਾਂ ਕਿਉਂਕਿ ਮੇਰੇ ਨਾਮ ਤੇ ਕੋਈ ਬੱਸ ਦਾ ਪਰਮਿਟ ਨਹੀਂ ਚੱਲਦਾ। ਮੈਂ ਪੰਜਾਬ ਦਾ ਗਦਾਰ ਹਾਂ ਕਿਉਂਕਿ ਮੇਰਾ ਗੁਰੂ ਸਾਹਿਬ ਦੀ ਬੇਅਦਬੀ ਵਿੱਚ ਕੋਈ ਹੱਥ ਨਹੀਂ ਹੈ। ਮੈਂ ਪੰਜਾਬ ਦਾ ਗਦਾਰ ਹਾਂ ਕਿਉਂਕਿ ਮੈਂ ਗੁਟਕਾ ਸਾਹਿਬ ਚੁੱਕ ਕੇ ਸਹੁੰ ਨਹੀਂ ਖਾਧੀ ਅਤੇ ਉਸ ਤੋਂ ਬਾਅਦ ਨਹੀਂ ਮੁਕਰਿਆ। ਮੈਂ ਪੰਜਾਬ ਦਾ ਗਦਾਰ ਹਾਂ ਕਿਉਂਕਿ ਮੈਂ ਚਿੱਟਾ ਵੇਚ ਕੇ ਪੰਜਾਬ ਦੇ ਲੱਖਾਂ ਘਰਾਂ ਨੂੰ ਨਹੀਂ ਉਜਾੜ ਸਕਿਆ। ਇਹਨਾਂ ਗਦਾਰੀਆਂ ਲਈ ਮੈਂ ਪੰਜਾਬ ਤੋਂ ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗਦਾ ਹਾਂ, ਭਗਵੰਤ ਮਾਨ। ਜੀ ਹਾਂ, ਤਾਂ ਇਹ ਲਿਖਿਆ ਹੈ ਭਗਵੰਤ ਮਾਨ ਨੇ ਆਪਣੀ ਫੇਸਬੁੱਕ ਪੋਸਟ ਦੇ ਉੱਪਰ। ਪਰ ਹੁਣ ਤੁਸੀਂ ਦੱਸੋ, ਇਸ ਵਿੱਚ ਭਗਵੰਤ ਮਾਨ ਕਿੰਨੇ ਸਹੀ ਹਨ ਅਤੇ ਕਿੰਨੇ ਗਲਤ ਹਨ? ਕਿ ਉਹਨਾਂ ਦਾ ਫੇਸਬੁੱਕ ਪੋਸਟ ਦੇ ਵਿੱਚ ਇੰਨਾ ਸਭ ਕੁਝ ਲਿਖਣਾ ਠੀਕ ਹੈ ਜਾਂ ਇਹ ਸਭ ਕਿਸ ਗੱਲ ਨੂੰ ਦਰਸਾਉਂਦਾ ਹੈ? ਇਸ ਦੇ ਪ੍ਰਤੀ ਤੁਸੀਂ ਆਪਣੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਅਤੇ ਇਸ ਅਪਡੇਟ ਵਿੱਚ ਇੰਨਾ ਹੀ। ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਦੇਖਣ ਲਈ ਤੁਹਾਡੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਬੈੱਲ ਆਈਕਨ ਨੂੰ ਜ਼ਰੂਰ ਦਬਾ ਦਿਓ, ਜਿਸ ਨਾਲ ਹਰ ਖਬਰ ਦਾ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਸਕਰੀਨ ਉੱਪਰ ਸਭ ਤੋਂ ਪਹਿਲਾਂ ਮਿਲ ਜਾਵੇ। ਤੁਹਾਡਾ ਅੱਜ ਦਾ ਦਿਨ ਸ਼ੁਭ ਰਹੇ। ਧੰਨਵਾਦ।